ਨਾਭਾ ਦੇ ਸਰਕਾਰੀ ਹਸਪਤਾਲ ਦੀ ਇਮਾਰਤ ਦੀ ਛੱਤ ਤੋਂ 40 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਦੀ ਖਬਰ ਮਿਲੀ ਹੈ। SHO ਗੁਰਪ੍ਰੀਤ ਸਿੰਘ ਕੋਤਵਾਲੀ ਨੇ ਮੌਕੇ ਤੇ ਟੀਮ ਦੇ ਨਾਲ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਮੇਰਾ ਨਾਂ ਘੁਮੰਡਾ ਸਿੰਘ ਹੈ ਜੀ। ਇਹ ਪਟਿਆਲੇ ਤੋਂ ਆ ਰਿਹਾ ਸੀਗਾ ਜੀ। ਉਹ ਮੁੰਡੇ ਨੇ ਫੋਨ ਕੀਤਾ ਰਸਤੇ 'ਚ ਇਸ ਨੂੰ, ਇਹ 3-4 ਵਜੇ ਉੱਥੇ ਤਾਰ ਲਿਆ ਜੀ, ਇਸ ਰੋੜੀ ਦੇ ਪੁਲਾਂ 'ਤੇ ਜੀ। ਰੋਟੀ ਦੇ ਪੁਲਾਂ ਤੋਂ ਉਤਾਰ ਕੇ ਉੱਥੇ ਅਸੀਂ ਲੋਕੇਸ਼ਨ ਕਢਾਈ, ਉੱਥੋਂ ਲਿਜਾਂਦਾ ਦਿਖਿਆ ਸਾਨੂੰ ਇਹ, ਉਹਨੂੰ ਇਹ ਨਹੀਂ ਪਤਾ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ। ਇਹ ਅਸੀਂ ਲੱਭਦੇ ਫਿਰਦੇ ਸੀਗੇ ਜੀ, ਜਿੱਥੇ ਕਿੱਥੇ ਜਾਂਦਾ ਸੀ ਇਹ, ਜਿਹੜੇ ਯਾਰ ਦੋਸਤਾਂ ਦੇ ਵੀ ਉਹਨਾਂ ਦੇ ਵੀ ਗਏ, ਉਹ ਕਹਿੰਦੇ ਇੱਥੇ ਤਾਂ ਆਇਆ ਨਹੀਂ। ਫਿਰ ਅਸੀਂ ਰੋਟੀ ਦੇ ਪੁਲਾਂ ਤੋਂ ਗਏ, ਉੱਥੇ ਵੀ ਕਿਸੇ ਲਵੇ ਜਾਂਦਾ ਸੀਗਾ ਮੁੰਡੇ ਲਵੇ, ਫਿਰ ਉਹ ਮੁੰਡੇ ਨੇ ਉੱਥੋਂ ਕਢਾ ਕੇ ਦਿੱਤੀ, ਕਹਿੰਦਾ ਇੱਥੇ ਆਇਆ ਸੀਗਾ, ਕਹਿੰਦਾ ਉਹ ਮੁੰਡਾ ਲੈ ਕੇ ਗਿਆ। ਜੋਰਾਵਰ ਸਿੰਘ ਜੀ, ਡੈਡ ਬੋਡੀ ਹੋਸਪਿਟਲ ਚੋਂ ਮਿਲੀ ਆ, ਨਾਭਾ ਸਰਕਾਰੀ ਹੋਸਪਿਟਲ ਚੋਂ ਜੀ, ਛੱਤ ਦੇ ਉੱਪਰੋਂ ਜੀ। ਪੁਲਿਸ ਕਾਰਵਾਈ ਕਰ ਰਹੀ ਆ, ਦੇਖੋ ਹੁਣ ਜੀ ਮੈਡੀਕਲ ਹੋਊਗਾ ਜੀ। ਹਾਂਜੀ, ਸਾਹਿਲ ਡੋਰੀਮੋਨ ਆ, ਉਹ ਲੈ ਕੇ ਗਿਆ ਸੀਗਾ ਇਸਨੂੰ ਬਿਠਾ ਕੇ, ਸਾਨੇ ਰਿਕਾਰਡਿੰਗ ਕਢਾਈ ਹੋਈ ਆ ਜੀ ਪੁਲਾਂ ਤੋਂ, ਰੋਟੀ ਦੇ ਪੁਲਾਂ ਤੋਂ। ਇਹ ਉੱਥੇ ਨਾ ਸਾਡੀ ਦੁਕਾਨ ਦੇ ਨਾਲ ਰਹਿੰਦਾ ਜੀ, ਉੱਥੇ ਡਿਪਟੀ ਮੰਗਲੇ ਦੇ ਕੁਆਟਰਾਂ 'ਚ। ਇਸ ਟਾਈਮ ਤਾਂ ਇਕੱਲਾ ਸੀ ਜੀ, ਇਹ ਕੀ ਪਤਾ ਹੁਣ ਅੱਗੇ ਕਿੰਨੇ ਜਣੇ ਖੜੇ ਹੋਣ ਜੀ ਉਹ। ਹਾਂਜੀ, ਉਸ ਟਾਈਮ ਤਾਂ ਇਕੱਲਾ ਗਿਆ ਜੀ, ਲੈ ਕੇ ਬਿਠਾ ਕੇ ਮੋਟਰਸਾਈਕਲ 'ਤੇ। ਹਾਂਜੀ, ਕੱਲ੍ਹ ਮਿਲੀ ਹੈ ਡੈਡ ਬੋਡੀ, ਪੁਲਿਸ ਵਾਲਿਆਂ ਨੇ ਇਨਵੈਸਟੀਗੇਟ ਕਰਕੇ ਡੈਡ ਬੋਡੀ ਮਿਲੀ ਹੈ। ਅਤੇ ਉਹ ਡੈਡ ਬੋਡੀ ਜਿਹੜੀ ਹੈਗੀ ਹੈ ਸਾਡੇ ਸਿਵਲ ਹਸਪਤਾਲ 'ਚ ਮੋਰਚਰੀ 'ਚ ਰੱਖੀ ਹੈ, ਪੋਸਟਮਾਰਟਮ ਉਹਦਾ ਅੱਜ ਹੋਣਾ ਹੈਗਾ, ਅਤੇ ਪੁਲਿਸ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਸਭ ਨੂੰ ਪਤਾ ਲੱਗਦਾ। ਡੈਡ ਬੋਡੀ ਕੱਲ੍ਹ ਆਇਆ ਸੀ ਜੀ ਮੈਸੇਜ ਹੋਸਪਿਟਲ ਤੋਂ, ਅਤੇ ਅਸੀਂ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਹੈ। ਲੜਕੇ ਦੇ ਫਾਦਰ ਜੀ ਦੀ ਡੈਥ ਹੋਈ ਹੈ, ਉਹਦੇ ਫਾਦਰ ਮਿਲੇ ਨੇ ਮੌਕੇ 'ਤੇ, ਉਹਨਾਂ ਨੇ ਬਿਆਨ ਲਿਖਾਇਆ ਕਿ ਮੇਰੇ ਲੜਕੇ ਦਾ ਜਿਹੜਾ ਹੈਗਾ ਕਿਸੇ ਨੇ ਕੁੱਟਮਾਰ ਕਰਕੇ ਕਤਲ ਕੀਤਾ। ਉਹਨਾਂ ਦਾ ਅਸੀਂ ਬਿਆਨ ਦਰਜ ਕਰਕੇ ਇੱਕ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ। ਬੇਸਿਕਲੀ ਤਾਂ ਨਾਭੇ ਦਾ ਹੀ ਰਹਿਣ ਵਾਲਾ ਜੀ, ਜਸਪਾਲ ਕਲੋਨੀ ਨਾਭੇ ਦਾ ਰਹਿਣ ਵਾਲਾ। ਉਹਦੇ ਫਾਦਰ ਦੇ ਅਕੋਰਡਿੰਗ ਜਿਹੜਾ ਹੈਗਾ ਵੀ ਉਹ ਪਿਛਲੇ ਕੁਛ ਮਹੀਨਿਆਂ ਤੋਂ, 4-5 ਮਹੀਨਿਆਂ ਤੋਂ ਆਪਣੇ ਸਹੁਰੇ ਘਰ ਪਟਿਆਲੇ ਰਹਿ ਰਿਹਾ ਸੀਗਾ, ਅਤੇ ਹੁਣ ਉਹਨਾਂ ਨੂੰ ਮਿਲਣ ਲਈ ਆ ਰਿਹਾ ਸੀਗਾ ਨਾਭੇ। ਦੋਸ਼ੀ ਦੀ ਭਾਲ ਕਰ ਰਹੇ ਹਾਂ ਜੀ, ਅਰੈਸਟ ਕਰਕੇ ਜਿਹੜੀ ਹੈਗੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਹਮਾਰੇ ਨਏ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੇਂ ਸਵਾਗਤ ਕਰਤਾ ਹੂੰ। ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੇਂ ਕਲਾਸਿਸ 5th to 12th ਬੋਥ ਸਕੂਲਿੰਗ ਐਂਡ ਕੋਚਿੰਗ ਕਿ ਐਡਮਿਸ਼ਨ ਓਪਨ ਹੋ ਚੁੱਕੀ ਹੈ। ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੇਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇ ਔਰ ਉਨਕਾ ਪੈਸਾ ਦੋਨੋ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ।